अस्सलाम वालेकुम, माई नेम इज नदीम और आप देख रहे हैं नदीम कबारिया यूट्यूब चैनल। एक भाई का कमेंट आ रहा है एहसान मिर्जा भाई का, कहता भाई सानू प्लास्कर के बारे दसो यार, प्लास्कर किनिया कोई आइटम प्लास्कर च होंदिया ने, कि आइटम होंगी है। असी दरअसल प्लास्कर इतने भरावे के दड़ा ही साढ़े को दड़ा ही भर के जाते हैं, लेकिन वह भाई उन्होंने प्लास्कर भरन आए हैं तो उन्होंने को पुछने बी ए कि आइटम होंगे ने, कि आइटम होंगी है, ये टीके की आइटम कि पोली की कि ਉਹ ਸਾਰੀਆਂ ਆਟਮਾਂ ਸਾਨੂੰ ਦੱਸਦੇ ਨੇ। ਅਸਲਾਮ ਅਲੈਕੁਮ, ਕੀ ਹਾਲ ਸ਼ਬਾਜ਼ ਭਾਈ? ਠੀਕ ਹੈ ਜੀ। ਕਿਵੇਂ ਲੜ ਕੇ ਬੈਠੇ ਹੋ ਜੇ, ਬੜਾ ਗਮਗੀਦਾ ਹੋ ਕੇ ਬੈਠੇ ਜੇ, ਕੀ ਖੁੱਲ ਕੇ ਬੋਲੋ ਕੀ ਮਸਲਾ ਹੈ? ਕੋਈ ਮਸਲਾ ਨਹੀਂ ਜੀ, ਠੀਕ ਹੈ ਜੀ। ਤੇ ਸਾਹਿਬ ਕਿੰਨੀਆਂ ਕੋਈ ਆਟਮਾਂ ਹੁੰਦੀਆਂ ਪਲਾਸਕਰ ਦੇ ਵਿੱਚ? ਇਹਦੇ ਚ ਆਟਮ 101 ਹੁੰਦੇ ਜੀ, ਇਹ ਲੋਕਲ ਨੇ। ਅੱਛਾ ਜੀ। ਇਹ ਲੋਟਾ ਹੈ, ਲੋਟਾ ਇਹ ਹਜ਼ਾਰ ਨੰਬਰ ਹੈ, ਹਜ਼ਾਰ ਨੰਬਰ ਹੋ ਗਿਆ। ਇਹ ਸੇਵਲ ਜੀ, ਸੇਵਲ ਹੋ ਗਿਆ। ਇਹ ਚਿੱਟੀ ਪੋਲੀ ਜੀ, ਚਿੱਟੀ ਪੋਲੀ ਹੋ ਗਈ। ਇਹ ਦੂਡੀਆ ਜੀ। ਅੱਛਾ, ਤੇ ਟੀਕੇ ਦੀ ਆਈਟਮ ਕਿਹੜੀ ਹੁੰਦੀ ਹੈ? ਟੀਕੇ ਦੀ ਆਈਟਮ ਇੱਥੇ ਹੁਣੇ ਕੋ ਆਣੀ ਤੇ ਫਿਰ ਤੁਹਾਨੂੰ ਵਿਖਾਣੀ ਹੈ। ਅੱਛਾ ਅੱਛਾ, ਤੇ ਤਕਰੀਬਨ ਇਹਦੇ ਤਾਂ ਕਾਫੀ ਆਈਟਮ ਹੋ ਜਾਂਦੀਆਂ ਫਿਰ? ਹਾਂ ਜੀ, 101 ਆਈਟਮ ਤਿਆਰ ਹੁੰਦੀ ਹੈ ਜੀ। ਅੱਛਾ ਜੀ, ਤੇ ਕਿੱਥੇ ਲੈ ਕੇ ਜਾਂਦੇ ਫਿਰ ਤੁਸੀਂ? ਇਹ ਅਸੀਂ ਲਾਹੌਰ ਜੀ, ਲਾਹੌਰ ਲੈ ਕੇ ਜਾਂਦੇ। ਇਹ ਟੀਕੇ ਦੀ ਆਈਟਮ ਹੈ ਜੀ, ਇਹ ਟੀਕੇ ਦੀ ਆਈਟਮ ਹੈ। ਇਹ ਤਕਰੀਬਨ 5-7 ਆਈਟਮ ਭਾਈ ਨੇ ਸਾਨੂੰ ਦੱਸ ਦਿੱਤੀਆਂ ਨੇ। ਹਾਂ ਜੀ, ਗਦਾਨ 'ਚ ਜਾ ਕੇ ਜੀ 101 ਆਈਟਮ ਨਿਕਲਦੀ ਹੈ ਜੀ। ਇਹਨਾਂ ਇੱਥੋਂ ਸਾਡੇ ਕੋਲੋਂ ਖਰੀਦ ਕੇ ਲੈ ਜਾਂਦੇ ਨੇ ਮਾਲ, ਸਾਡੇ ਕੋਲ ਡੜਾ ਹੀ ਭਰਦੇ ਨੇ, ਦਰਸਲ ਡੜਾ ਭਰ ਕੇ ਲੈ ਜਾਂਦੇ ਨੇ। ਇਹ ਲਾਹੌਰ ਤੋਂ ਆਉਂਦੇ ਨੇ, ਤਕਰੀਬਨ 3 ਬੰਦੇ ਸ਼ਾਹਜ਼ੋਰ ਤੇ ਆਉਂਦੇ ਨੇ, ਤਕਰੀਬਨ 22-23 ਕਿੱਟਾਂ ਇੱਕ ਸ਼ਾਹਜ਼ੋਰ ਤੇ ਪਾ ਕੇ ਲੈ ਕੇ ਜਾਂਦੇ ਨੇ ਕਿੱਟਾਂ, ਤੇ ਤਕਰੀਬਨ ਕੋਈ 8-10 ਦਿਨਾਂ ਬਾਅਦ ਸਾਡੇ ਕੋਲ ਗੇੜਾ ਲਾਉਂਦੇ ਨੇ ਤੇ ਗੱਡੀ ਫਿਰ ਪੂਰੀ ਕਰਕੇ ਇੱਥੋਂ ਲੈ ਕੇ ਜਾਂਦੇ ਨੇ। ਤੇ ਇਹ ਜਿਹੜੀ ਗੋਦਾਮ ਤੇ ਜਾ ਕੇ ਫਿਰ ਛਾਂਟੀ ਮਾਰਦੇ ਨੇ, ਉੱਥੇ ਸਾਰੀਆਂ ਆਈਟਮਾਂ ਜਿੰਨੀਆਂ ਹੁੰਦੀਆਂ ਨੇ ਉਹ ਸਾਰੀਆਂ ਨੂੰ ਲਾਦਾ ਛਾਂਟੀ ਮਾਰਦੇ ਨੇ। ਤੇ ਉਹ ਅਹਿਸਾਨ ਭਾਈ ਨੇ ਕਿਹਾ ਸੀ ਵੀ ਯਾਰ ਨਾ ਸਾਨੂੰ ਉਹਦੀ ਵੀਡੀਓ ਬਣਾ ਕੇ ਦਿਓ, ਤੇ ਅਹਿਸਾਨ ਭਾਈ ਭਾਈ ਵਾਸਤੇ ਸਪੈਸ਼ਲੀ ਵੀਡੀਓ ਬਣਾਈ ਹੈ। ਇਹਨਾਂ ਸਾਰਾ ਮਾਲ ਪਿਆ ਸਾਡੇ ਕੋਲ ਇੱਥੇ, ਇਹ ਸਾਰਾ ਹੀ ਇਹਨਾਂ ਨੇ ਟੋਟਲ ਹੀ ਗੜਾ ਭਰਨਾ ਹੈ, ਇਹ ਕਿੱਟਾਂ ਭਰ ਲੈਣਗੇ ਇੱਥੋਂ। ਇਹ ਦੇਖੋ, ਇਹ ਟੱਪ 'ਚ ਪਹਿਲੇ ਪਾਉਂਦੇ ਨੇ, ਫਿਰ ਇੱਕ ਭਾਈ ਹੈਗਾ ਬਾਹਰ ਜਾ ਕੇ ਕਿੱਟ ਭਰਦਾ, ਇਹ ਸਾਰਾ ਗੜਾ ਭਰਨ ਦਿਆ ਨੇ ਇੱਥੋਂ, ਇਹ ਕਿੱਟਾਂ ਦੇ ਅੰਦਰ ਸਾਰਾ ਗੜਾ ਭਰਨਗੇ। ਇਹ ਸਬਜ਼ ਪੈ ਪਿਆ ਹੋਏ, ਇਹਨਾਂ ਨੇ ਕਿੱਟਾਂ ਭਰੀਆਂ ਨੇ। ਇਹਨਾਂ ਤਕਰੀਬਨ ਮੇਰੇ ਖਿਆਲ ਕੋਈ 10 ਕਿੱਟਾਂ 3-4 ਭਰ ਲਈਆਂ ਨੇ, ਕੋਈ 10 ਕਿੱਟਾਂ ਹੋਰ ਹੋ ਜਾਣੀਆਂ। ਇਹ ਸਾਰਾ ਇੱਥੋਂ ਭਰ ਗਲ ਜਾਣਗੇ, ਫਿਰ ਉਸ ਤੋਂ ਬਾਅਦ ਆਪਣੇ ਗੋਦਾਮ ਤੇ ਜਾ ਕੇ ਛਾਂਟੀ ਮੰਨਗੇ, ਫਿਰ ਲਹਿਦਾ ਲਹਿਦਾ ਜਿਹੜੀ ਆਈਟਮ ਹੋਈ ਉਹਦੀ ਇੱਕ ਇੱਕ ਲਹਿਦਾ ਲਹਿਦਾ ਕਿੱਟ ਭਰਦੇ ਨੇ। ਫਿਰ ਲਓ ਜੀ, ਅੱਜ ਦੀ ਵੀਡੀਓ ਸੀ ਸਾਡੀ ਆਹ ਵਾਲੀ ਪਲਾਸਕਰ ਦੀ। ਇਨਸ਼ਾਅੱਲਾ ਮਿਲਦੇ ਹਾਂ ਫਿਰ ਤੁਹਾਨੂੰ ਅਗਲੀ ਵੀਡੀਓ 'ਚ। ਅੱਲਾਹ ਹਾਫਿਜ਼।